ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਸਵਾਗਤ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਵਿਸਥਾਰ ਸਾਂਝਾ ਕਰੀਏ ਕਿ ਉਹ ਵੇਰਵਾ ਕੀ ਹੈ ਸਭ ਤੋਂ ਪਹਿਲੀ ਖਬਰ ਹੋਏਗੀ ਕਿ ਦੁਨੀਆ ਦੇ ਸਭ ਤੋਂ ਵੱਡੇ ਪੁਰਸਕਾਰਾਂ ਦਾ ਐਲਾਨ ਤੇ ਉਹ ਕਿਹਨਾਂ ਕਿਹਨਾਂ ਦੀ ਝੋਲੀ ਪਏ ਹੈ ਅਗਲੀ ਖਬਰ ਰਹੇਗੀ ਕਿ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਚੋਣਾਂ ਦੇ ਵਿੱਚ ਸਿੱਖ ਭਾਈਚਾਰੇ ਦੀ ਭੂਮਿਕਾ ਕੀ ਹੋਜੀ ਹੈ ਤੇ ਕਿਹੋ ਜੀ ਰਹੇਗੀ ਅਗਲੀ ਖਬਰ ਬਹੁਤ ਮਹੱਤਵਪੂਰਨ ਖਬਰ ਹੈ ਪਾਵਨ ਸਰੂਪ ਗੁੰਬ ਹੋ ਗਏ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2 ਦਿਨ ਪਹਿਲਾਂ ਹੀ ਅਲਟੀਮੇਟਮ ਦਿੱਤਾ ਸੀ ਕਿ ਰਿਪੋਰਟ ਜਮ ਤੱਕ ਕਰ ਦਿਓ ਇਹਦੇ ਬਾਬਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀ ਪ੍ਰਤੀਕਿਰਿਆ ਉਹ ਸਾਂਝੀ ਕਰਾਂਗੇ ਅਗਲੀ ਖਬਰ ਹੈ ਸਾਲ 2022 ਦੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਇਹ ਚੋਣਾ ਨਵਜੋਤ ਸਿੰਘ ਸਿੱਤੂ ਕਿੱਧਰੋਂ ਲੜੇਗਾ ਇਹਦੇ ਉੱਤੇ ਇੱਕ ਅਹਿਮ ਖਬਰ ਹੈ ਉਹ ਸਾਂਝੀ ਕਰਾਂਗੇ ਅਗਲੀ ਖਬਰ ਰੌਹਲ ਗਾਂਧੀ ਪੰਜਾਬ ਦੇ ਵਿੱਚ ਆਏ ਹੋਏ ਆ ਪੰਜਾਬ ਬਚਾਉਣਾ ਆ ਜਾਂ ਵੋਟਾਂ ਲੈਣ ਆਏ ਆ ਇਹ ਗੱਲ ਬਾਅਦ ਦੀ ਹੈ ਪਰ ਜਿਹੜੇ ਸੋਫਿਆਂ ਵਾਲੇ ਟਰੈਕਟਰ ਤੇ ਬੈਠੇ ਆ ਚਾਰੇ ਪਾਸੇ ਚਰਚਾ ਉਹਦੀ ਹੋ ਰਹੀ ਹੈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ ਤੇ ਨਾਲ ਹੁਣ ਪੰਜਾਬ ਦੇ ਕਿਸਾਨ ਮਜ਼ਦੂਰ ਇੱਕ ਵੱਖਰੀ ਤਰ੍ਹਾਂ ਦਾ ਸੰਘਰਸ਼ ਵੜਨ ਜਾ ਰਹੇ ਨੇ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਇਹਨਾਂ ਸਾਰੀਆਂ ਖਬਰਾਂ ਦਾ ਵਿਸਥਾਰ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਜੇਕਰ ਹਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਕਿ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨੋਟੀਫਿਕੇਸ਼ਨ ਵਾਲੀ ਘੰਟੀ ਵੀ ਜ਼ਰੂਰ ਔਨ ਕਰ ਲਿਓ ਵੀਡੀਓ ਦੇਖਣ ਤੋਂ ਬਾਅਦ ਜੇਕਰ ਖਬਰਾਂ ਜੇਕਰ ਜਾਣਕਾਰੀਆਂ ਚੰਗੀਆਂ ਲੱਗੀਆਂ ਤਾਂ ਲਾਈਕ ਅਤੇ ਸ਼ੇਅਰ ਵਾਲਾ ਬਟਨ ਦਬਾਣਾ ਨਾ ਫਿਰ ਭੁੱਲੋ ਸਭ ਤੋਂ ਪਹਿਲੀ ਅਹਿਮ ਵੱਡੀ ਖਬਰ ਜਿਸ ਨੂੰ ਮੈਂ ਕਹਿ ਸਕਦਾ ਨੋਬਲ ਪੁਰਸਕਾਰ ਕਿਸ ਤੇ ਹਿੱਸੇ ਆਉਂਦਾ ਕਿਹਦੀ ਝੋਲੀ ਪੈਂਦਾ ਤੇ ਇਹ ਇਸ ਵਾਰ ਦੇ ਨੋਬਲ ਪੁਰਸਕਾਰ ਕਿਹਨਾਂ ਕਿਹਨਾਂ ਨੂੰ ਮਿਲਣੇ ਨੇ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੁੰਦੀਆਂ ਨੇ ਸਵੀਡਨ ਦੇ ਸਟਾਕਹੋਮ ਸ਼ਹਿਰ ਦੇ ਵਿੱਚ ਅੱਜ ਸਾਲ 2020 ਦੇ ਨੋਬਲ ਪੁਰਸਕਾਰ ਦਾ ਐਲਾਨ ਹੋਣਾ ਸ਼ੁਰੂ ਹੋ ਗਿਆ ਹੈ ਮੈਡੀਸਨ ਖੇਤਰ ਦੇ ਨੋਬਲ ਪੁਰਸਕਾਰ ਦਾ ਐਲਾਨ ਅੱਜ ਕਰ ਦਿੱਤਾ ਗਿਆ ਹੈ ਇਸ ਸਾਲ ਮੈਡੀਸਨ ਨੋਬਲ ਪੁਰਸਕਾਰ ਹਾਰਵੇ ਅਲਟਰ ਮਾਈਕਲ ਹਾਫਟਨ ਅਤੇ ਚਾਰਲਸ ਰਾਈਸ ਤੇ ਹਿੱਸੇ ਗਿਆ ਇਹਨਾਂ ਵਿਗਿਆਨੀਆਂ ਨੂੰ ਇਹ ਨੋਬਲ ਪੁਰਸਕਾਰ ਹੈਪੇਟਾਈਟਸ ਸੀ ਵਾਇਰਸ ਦੀ ਖੋਜ ਵਾਸਤੇ ਦਿੱਤਾ ਜਾ ਰਿਹਾ ਹੈ ਅਲਟਰ ਅਤੇ ਚਾਰਲਸ ਰਾਈਸ ਦੋਵੇਂ ਅਮਰੀਕਾ ਦੇ ਵਿਗਿਆਨੀ ਨੇ ਜਦੋਂ ਕਿ ਮਾਈਕਲ ਹਾਫਟਨ ਬਰਤਾਨੀਆ ਦੇ ਰਹਿਣ ਵਾਲੇ ਨੇ ਇਹਨਾਂ ਵਿਗਿਆਨੀਆਂ ਨੂੰ ਲਗਭਗ 11 ਲੱਖ ਤੇ 20 ਹਜ਼ਾਰ ਡਾਲਰਾਂ ਦੀ ਰਕਮ ਮਿਲਣੀ ਹੈ ਦਨਓਬਰ ਪੁਰਸਕਾਰ ਦੇਣ ਵਾਲੀ ਸੰਸਥਾ ਨੇ ਕਿਹਾ ਕਿ ਇਸ ਸਾਲ ਪੁਰਸਕਾਰ ਖੂਨ ਤੋਂ ਪੈਦਾ ਹੋਣ ਵਾਲੇ ਹੈਪੇਟਾਈਟਸ ਨਾਲ ਲੜਾਈ ਦੇ ਲੜਨ ਵਿੱਚ ਯੋਗਦਾਨ ਦੇਣ ਵਾਲੇ ਇਹਨਾਂ ਤਿੰਨਾਂ ਵਿਗਿਆਨੀਆਂ ਦੇ ਨਾਮ ਕੀਤਾ ਜਾ ਰਿਹਾ ਹੈ ਤੇ ਇਸ ਸੰਸਥਾ ਨੇ ਕਿਹਾ ਕਿ ਇਸ ਹੈਪੇਟਾਈਟਸ ਨਾਲ ਦੁਨੀਆ ਭਰ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸੋਰਾਸਿਸ ਅਤੇ ਲਿਵਰ ਕੈਂਸਰ ਹੁੰਦਾ ਤੇ ਲਿਵਰ ਕੈਂਸਰ ਹੋ ਜਾਂਦਾ ਤੇ ਕਈਆਂ ਨੂੰ ਇਹ ਜਾਨ ਲੈਵਾ ਸਾਥ ਤੁੰਦਾ ਤਿੰਨਾਂ ਹੀ ਵਿਗਿਆਨੀਆਂ ਨੇ ਇੱਕ ਨੋਵਲ ਵਾਇਰਸ ਦੀ ਬੁਨਿਆਦੀ ਖੋਜ ਕੀਤੀ ਹੈ ਜਿਸ ਨਾਲ ਹੈਪੇਟਾਈਟਸ ਸੀ ਦੀ ਪਛਾਣ ਹੋ ਸਕਿਆ ਕਰੇਗੀ ਇਸੇ ਹਫਤੇ ਬਾਕੀ ਦੇ ਜਿਹੜੇ ਨੋਬਲ ਪੁਰਸਕਾਰ ਨੇ ਉਹਨਾਂ ਦਾ ਵੀ ਐਲਾਨ ਕਰ ਦਿੱਤਾ ਜਾਣਾ ਹੈ ਅਤੇ ਇਹ ਰਕਮ ਜਿਹੜੀ ਦਿੱਤੀ ਜਾਣੀ ਹੈ ਇਹਨਾਂ ਤਿੰਨਾਂ ਵਿਗਿਆਨੀਆਂ ਨੂੰ ਬਰਾਬਰ ਦੇ ਵਿੱਚ ਵੰਡੀ ਜਾਏਗੀ ਤੇ ਇਹਨਾਂ ਪੁਰਸਕਾਰਾਂ ਦਾ ਐਲਾਨ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਵੀਡਨ ਦੇ ਸਟਾਕਹੋਮ ਸ਼ਹਿਰ ਵਿੱਚ ਕੀਤਾ ਜਾ ਰਿਹਾ ਹੈ ਇਸੇ ਹਫਤੇ ਹੋਰ ਨੋਬਲ ਪੁਰਸਕਾਰਾਂ ਦਾ ਐਲਾਨ ਵੀ ਕਰ ਦਿੱਤਾ ਜਾਣਾ ਮਾਈਕਲ ਹੋਗਟਨ ਯੂਨੀਵਰਸਿਟੀ ਆਫ ਅਲਬਰਟਾ ਦੇ ਅਤੇ ਚਾਰਲਸ ਰਾਇਸ ਰੌਕਫੈਲਰ ਯੂਨੀਵਰਸਿਟੀ ਤੋਂ ਹਨ ਨੋਬਲ ਪੁਰਸਕਾਰ ਦੇਣ ਵਾਲੀ ਸੰਸਥਾ ਦੇ ਮੁਤਾਬਕ ਇਸੇ ਹਫਤੇ ਭੌਤਿਕ ਰਸਾਇਣ ਅਤੇ ਸਾਹਿਤ ਦੇ ਖੇਤਰ ਵਿੱਚ ਮੱਲਾਵਣ ਵਾਲੇ ਵਿਗਿਆਨੀਆਂ ਨੂੰ ਨੋਬਲ ਪੁਰਸਕਾਰ ਦੇਣ ਦਾ ਐਲਾਨ ਕਰ ਦਿੱਤਾ ਜਾਣਾ ਹੈ ਅਤੇ ਇੱਕ ਹੋਰ ਨੋਬਲ ਪੁਰਸਕਾਰ ਹੁੰਦਾ ਜਿਸ ਦੇ ਉੱਤੇ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਰਹਿੰਦੀਆਂ ਨੇ ਉਹ ਹੁੰਦਾ ਨੋਬਲ ਪੀਸ ਪ੍ਰਾਈਜ਼ ਉਹ ਸ਼ਾਇਦ ਦੇਖੋ ਕਿ ਕਿਤੇ ਰਾਸ਼ਟਰਪਤੀ ਟਰੰਪ ਦੇ ਹਿੱਸੇ ਆਉਂਦਾ ਕਿ ਨਹੀਂ ਕਿਉਂਕਿ ਉਹ ਵੀ ਇਸ ਦੇ ਵਿੱਚ ਦਾਵੇਦਾਰ ਨੇ ਇਹ ਸਾਰੇ ਜਿਹੜੇ ਨੋਬਲ ਪੀਸ ਪ੍ਰਾਈਜ਼ ਨੇ ਜਾਂ ਨੋਬਲ ਪੁਰਸਕਾਰ ਨੇ ਉਹਨਾਂ ਦਾ ਐਲਾਨ ਤਾਂ ਇਸੇ ਹਫ਼ਤੇ ਕੀਤਾ ਜਾਣ ਦੀ ਸੰਭਾਵਨਾ ਹੈ ਪਰ ਅਰਥ ਸ਼ਾਸਤਰੀ ਇੱਕ ਦੁਨੀਆ ਦਾ ਚੁਣਿਆ ਜਾਂਦਾ ਹੁਣ ਕਿਹੜੇ ਅਰਥ ਸ਼ਾਸਤਰੀ ਨੂੰ ਅਰਥ ਸ਼ਾਸਤਰ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਮਿਲੇਗਾ ਸ਼ਾਇਦ ਇਸ ਦਾ ਐਲਾਨ ਅਗਲੇ ਸੋਮਵਾਰ ਨੂੰ ਕੀਤਾ ਜਾਏ ਤੇ ਨੋਬਰ ਸ਼ਾਂਤੀ ਪੁਰਸਕਾਰ ਦੀ ਦੌੜ ਵਿੱਚ ਮੈਂ ਦੱਸ ਰਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੀ ਨੇ ਜਿਹੜੇ ਇਸ ਵਕਤ ਆਪਣਾ ਇਲਾਜ ਕਰਵਾ ਰਹੇ ਨੇ ਕਿਉਂਕਿ ਉਹਨਾਂ ਨੂੰ ਕੋਵਿਡ-19 ਹੋ ਗਿਆ। ਉਹ ਕਹਿੰਦੇ ਮੈਂ ਇਜ਼ਰਾਈਲ ਅਤੇ ਯੂਏਈ ਦੇ ਵਿੱਚ ਸ਼ਾਂਤੀ ਸਮਝੌਤਾ ਕਰਵਾਇਆ। ਇਸੇ ਕਾਰਨ ਉਹਨਾਂ ਨੂੰ ਇਸ ਪੁਰਸਕਾਰ ਵਾਸਤੇ ਨਾਮਜ਼ਦ ਕੀਤਾ ਗਿਆ ਸੀ ਪਰ ਦੇਖੋ ਕਿ ਇਹ ਪੁਰਸਕਾਰ ਉਹਨਾਂ ਦੀ ਝੋਲੀ ਪੈਂਦਾ ਜਾਂ ਫਿਰ ਕਿਸੇ ਹੋਰ ਤੇ ਹਿੱਸੇ ਜਾਂਦਾ ਹੈ। ਕਿਉਂਕਿ ਤੁਹਾਨੂੰ ਯਾਦ ਹੋਣਾ ਹੈ ਕਿ ਰਾਸ਼ਟਰਪਤੀ ਅਬਾਮਾ ਨੂੰ ਮਿਲਿਆ ਸੀ ਹੁਣ ਰਾਸ਼ਟਰਪਤੀ ਟਰੰਪ ਨੂੰ ਵੀ ਲੱਗਦਾ ਕਿ ਮੈਂ ਕਿਹੜਾ ਕਿਸੇ ਨੂੰ ਧੀ ਨਾਲੋਂ ਘੱਟ ਐ ਜੇ ਓਬਾਮਾ ਨੂੰ ਮਿਲ ਸਕਦਾ ਤਾਂ ਮੈਨੂੰ ਕਿਉਂ ਨਹੀਂ ਅਗਲੀ ਖਬਰ ਸਿੱਖ ਭਾਈ ਚਾਰੇ ਨਾਲ ਸੰਬੰਧਤ ਖਬਰ ਹੈ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਰਾਸ਼ਟਰਪਤੀ ਟਰੰਪ ਭਾਵੇਂ ਇਸ ਵਕਤ ਬੀਤੇ ਸ਼ੁੱਕਰਵਾਰ ਤੋਂ ਵਾਲਟ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਦੇ ਵਿੱਚ ਭਰਤੀ ਨੇ ਕੋਵਿਡ-19 ਹੋਣ ਦੇ ਕਾਰਨ ਪਰ ਹਸਪਤਾਲ ਜਾਣ ਤੋਂ ਪਹਿਲਾਂ ਉਹਨਾਂ ਨੇ ਆਪਣੀ ਚੋਣ ਮੁਹਿੰਮ ਦੇ ਵਾਸਤੇ ਚਾਰ ਸਿੱਖ ਸਲਾਹਕਾਰਾਂ ਦੀ ਅਮਰੀਕਾ ਦੇ ਵਿੱਚ ਨਿਯੁਕਤੀ ਕੀਤੀ ਸੀ ਇਹ ਰਾਸ਼ਟਰਪਤੀ ਟਰੰਪ ਨੇ ਪਹਿਲੀ ਵਾਰ ਕੀਤਾ ਹੈ ਰਸਮੀ ਤੌਰ ਤੇ ਕਿ ਆਪਣੀ ਚੋਣ ਮੁਹਿੰਮ ਦਾ ਹਿੱਸਾ ਸਿੱਖ ਵਿਅਕਤੀ ਨੂੰ ਬਣਾਇਆ ਹੋਵੇ ਇਹਨਾਂ ਦੇ ਵਿੱਚ ਨੇ ਇੱਕ ਸਿੱਖ ਔਰਤ ਨੇ ਸਿੱਖ ਬੀਬੀ ਹੈ ਹਰਮੀਤ ਕੋਰਟਲੋਂ ਇੱਕ ਨੇ ਜਸਦੀਪ ਸਿੰਘ ਜੱਸੀ ਇੱਕ ਨੇ ਬਲਜਿੰਦਰ ਸਿੰਘ ਸ਼ਮੀ ਇੱਕ ਨੇ ਕਮਲਜੀਤ ਸਿੰਘ ਰੇਖੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਅਮਰੀਕੀ ਰਾਸ਼ਟਰਪਤੀ ਦੀ ਚੋਣ ਮੁਹਿੰਮ ਵਿੱਚ ਚਾਰ ਸਿੱਖਾਂ ਨੂੰ ਕੋ-ਚੇਅਰਮੈਨ ਨਿਯੁਕਤ ਕੀਤਾ ਹੋਵੇ ਪਰ ਇਸ ਤੋਂ ਪਹਿਲਾਂ ਕੀ ਕਦੇ ਸਿੱਖਾਂ ਨੇ ਕੋਈ ਭੂਮਿਕਾ ਨਿਭਾਈ ਨਹੀਂ ਨਿਭਾਉਂਦੇ ਰਹੇ ਐ ਪਰ ਕਿਸੇ ਰਾਸ਼ਟਰਪਤੀ ਵੱਲੋਂ ਇੰਜ ਅਫੀਸ਼ੀਅਲ ਤੌਰ ਦੇ ਉੱਤੇ ਨਿਯੁਕਤ ਕਰਨਾ ਇਹ ਪਹਿਲੀ ਵਾਰੀ ਹੋਇਆ ਭਾਵੇਂ ਕਿ ਸਿਕਸ ਫੋਰ ਟਰੰਪ ਰਾਸ਼ਟਰਪਤੀ ਟਰੰਪ ਦੀ ਸਾਲ 2016 ਦੀ ਚੋਣ ਵਿੱਚ ਵੀ ਉਸ ਵਕਤ ਇਹ ਸੰਸਥਾ ਹੋਂਦ ਵਿੱਚ ਆਈ ਸੀ ਤੇ ਇਹ ਸੰਸਥਾ ਉਗੇ ਸਿੱਖ ਕਾਰੋਬਾਰੀ ਜਸਦੀਪ ਸਿੰਘ ਜੱਸੀ ਨੇ ਸਥਾਪਿਤ ਕੀਤੀ ਸੀ ਅਤੇ ਬੀਤੇ ਲਗਭਗ ਇਹਨਾਂ 4 ਸਾਲਾਂ ਦੇ ਦੌਰਾਨ 6 for Trump ਨੇ ਸਿੱਖਾਂ ਦੀ ਪਛਾਣ ਅਤੇ ਸਿੱਖਾਂ ਨੂੰ ਅਮਰੀਕਾ ਵਿੱਚ ਪੇਸ਼ ਆਰੀਆਂ ਮੁਸ਼ਕਲਾਂ ਦੇ ਢੁਕਵੇਂ ਹੱਲ ਦੇ ਵਾਸਤੇ ਟਰੰਪ ਪ੍ਰਸ਼ਾਸਨ ਦੇ ਨਾਲ ਲਗਾਤਾਰ رابطہ ਰੱਖਿਆ ਸੀ ਹੁਣ 6 for Trump ਦੀ ਸਮੁੱਚੀ ਕਾਰਗੁਜ਼ਾਰੀ ਜਦੋਂ ਰਹੀ ਉਸ ਨੂੰ ਧਿਆਨ ਵਿੱਚ ਰੱਖਦਿਆਂ ਰਾਸ਼ਟਰਪਤੀ ਟਰੰਪ ਨੇ ਚੋਣ ਮੁਹਿੰਮ ਦੀ ਵੈੱਬਸਾਈਟ ਤੇ ਸਿੱਖਾਂ ਦੀਆਂ ਤਸਵੀਰਾਂ ਸਮੇਤ ਇਹਨਾਂ ਦੀ ਸੰਖੇਪ ਜਾਣਕਾਰੀ ਵੀ ਪਾਈ ਹੋਈ ਹੈ ਜਿਸ ਨੂੰ ਦੁਨੀਆ ਦੇ ਲੱਖਾਂ ਲੋਕਾਂ ਦੇ ਸਵੇਤ ਅਮਰੀਕਨ ਲੋਕ ਵੀ ਵੇਖ ਰਹੇ ਨੇ ਕਿ ਇਹ ਵਿਅਕਤੀ ਕੌਣ ਨੇ ਤੇ ਇਹਨਾਂ ਨੂੰ ਕਿਹੜੇ ਕਾਰਨ ਕਰਕੇ ਉਚਿਤੇ ਤੌਰ ਤੇ ਰਾਸ਼ਟਰਪਤੀ ਦੀ ਚੋਣ ਮਹਿਮ ਦੇ ਵਿੱਚ ਕੋਚਿਆ ਨਿਯੁਕਤ ਕੀਤਾ ਗਿਆ ਹੁਣ ਉਧਰ ਦੂਸਰੇ ਪਾਸੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜਿਹੜੇ ਰਾਸ਼ਟਰਪਤੀ ਅਹੁਦੇ ਦੀ ਚੋਣ ਲੜ ਰਹੇ ਨੇ ਜੋ ਬਾਈਡਨ ਸਾਹਿਬ ਨੇ ਉਹਨਾਂ ਨੇ ਵੀ ਕੁਝ ਸਿੱਖਾਂ ਨੂੰ ਸ਼ਾਮਲ ਕੀਤਾ ਹੈ ਕਹਿਣ ਦਾ ਭਾਵ ਦੋਵੇਂ ਪਾਰਟੀਆਂ ਭਾਵੇਂ ਰਿਪਬਲਿਕਨ ਨੇ ਭਾਵੇਂ ਡੈਮੋਕ੍ਰੇਟਿਕਾ ਸਿੱਖਾਂ ਨੂੰ ਦੋਵਾਂ ਦੇ ਵਿੱਚ ਨੁਮਾਇੰਦਗੀ ਹੈ ਤੇ ਇਹ ਗੱਲ ਖੁਸ਼ੀ ਵਾਲੀ ਵੀ ਹੈ ਤੇ ਇਸੇ ਖੁਸ਼ੀ ਦਾ ਪ੍ਰਗਟਾਵਾ ਜਸਦੀਪ ਸਿੰਘ ਜੱਸੀ ਹੋਰਾਂ ਨੇ ਵੀ ਖੁਦ ਕੀਤਾ ਉਹ ਕਹਿੰਦੇ ਸਾਡੇ ਵਾਸਤੇ ਇਹ ਗੱਲ ਖਾਸ ਹੈ ਕਿ ਭਾਵੇਂ ਡੈਮੋਕ੍ਰੇਟਿਕ ਉਮੀਦਵਾਰ ਜੋ ਬਾਈਡਨ ਜਿੱਤ ਕੇ ਰਾਸ਼ਟਰਪਤੀ ਬਣਦੇ ਆ ਤਾਂ ਫਿਰ ਸਿਕਸ ਫੋਰ ਵਾਈਡਨ ਦੇ ਰੂਪ ਵਿੱਚ ਇਹ ਦਸਤਾਰ ਵਾਈਟ ਹਾਊਸ ਵਿੱਚ ਦਿਖੇਗੀ ਤੇ ਜੇਕਰ ਰਾਸ਼ਟਰਪਤੀ ਟਰੰਪ ਦੁਬਾਰਾ ਚੋਣ ਜਿੱਤ ਜਾਂਦੇ ਨੇ ਤਾ 6 ਫਾਰ 트াম্প ਦੇ ਰੂਪ ਵਿੱਚ ਇਹ ਦਸਤਾਰ ਵਾਈਟ ਹਾਊਸ ਦੇ ਵਿੱਚ ਲੋਕਾਂ ਨੂੰ ਨਜ਼ਰ ਆਏਗੀ ਪਰ ਮੈਨੂੰ ਇੱਕ ਗੱਲ ਹੋਰ ਲੱਗਦੀ ਹੈ ਕਿ ਭਾਵੇਂ ਉਹ ਰਾਸ਼ਟਰਪਤੀ 트াম্প ਨੇ ਭਾਵੇਂ ਜੋ ਬਾਈਡਨ ਨੇ ਭਾਵੇਂ ਮੋਦੀ ਹੈ ਭਾਵੇਂ ਕੋਈ ਹੋਰ ਹੈ ਇਹਨਾਂ ਨੂੰ ਲਗਭਗ ਇਹ ਪਤਾ ਲੱਗ ਗਿਆ ਕਿ ਲੋਕਾਂ ਦੀਆਂ ਵੋਟਾਂ ਕਿਵੇਂ ਲੈਣੀਆਂ ਨੇ ਪਰ ਕੈਨੇਡਾ ਦੇ ਵਿੱਚ ਇੱਕ ਵਲੱਖਣ ਗੱਲ ਹੈ ਕੈਨੇਡਾ ਦੇ ਵਿੱਚ ਇੱਥੋਂ ਦੀ ਨੈਸ਼ਨਲ ਪਾਰਟੀ ਐਨ ਡੀ ਪੀ ਦੇ ਆਗੂ ਜਗਮੀਤ ਸਿੰਘ ਨੇ ਦਸਤਾਰ ਧਾਰੀ ਸਿੱਖ ਨੇ ਬੱਲੇ ਬੱਲੇ ਤੇ ਟਰੂਡੋ ਕੈਬਨਿਟ ਦੇ ਵਿੱਚ ਵੀ ਆਨਸਾਬਤ ਸੂਰਤ ਤੇ ਦਸਤਾਰ ਧਾਰੀ ਕਈ ਸਿੱਖਾਂ ਨੂੰ ਚੰਗੇ ਕੈਬਨਿਟ ਦੇ ਵਿੱਚ ਵਧੀਆ ਪੋਰਟਫੋਲੀਓ ਮਿਲੇ ਹੋਏ ਨੇ ਸੋ ਇਹ ਚੰਗੀ ਗੱਲ ਹੈ ਪਰ ਇਹ ਚੰਗੀ ਨਹੀਂ ਕਿ ਕਿਸ ਨੂੰ ਰੰਗ ਦੇ ਆਧਾਰ ਤੇ ਨਸਲ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਵੋਟਾਂ ਪਾਉਣ ਵਾਸਤੇ ਮਜਬੂਰ ਕੀਤਾ ਜਾਵੇ ਵੋਟ ਪਾਉਣਾ ਤੁਹਾਡੀ ਆਪਣੀ ਮਰਜ਼ੀ ਹੈ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਵੀ ਭਾਵੇਂ ਸਿੱਖ ਕਿਸੇ ਉਮੀਦਵਾਰ ਨਾਲ ਵਧਣੇ ਕਿਸੇ ਨਾਲ ਘਟਣੇ ਪਰ ਵੋਟ ਆਪਣੀ ਮਰਜ਼ੀ ਦੇ ਨਾਲ ਪਾਓ ਅਗਲੀ ਵੱਡੀ ਤੇ اہم ਖਬਰ ਤੁਹਾਨੂੰ ਯਾਦ ਹੋਣਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਝ ਸਰੂਪ ਗੁੰਮ ਹੋਏ ਪਹਿਲਾਂ ਆਖਿਆ ਜਾ ਰਿਹਾ ਸੀ ਕਿ ਇਹ ਸਰੂਪ ਅੱਗ ਨਾਲ ਸੜ ਗਏ ਆ ਕੁਝ ਅੱਗ ਬੁਝਾਉਂਦਿਆਂ ਪਾਣੀ ਨਾਲ ਖਰਾਬ ਹੋ ਗਏ ਆ ਪਰ ਬਾਅਦ ਵਿੱਚ ਖਬਰਾਂ ਆਈਆਂ ਸੀ ਕਿ ਸ਼ਾਇਦ ਇਹ ਸਰੂਪ ਕਿਸੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਧਿਕਾਰੀਆਂ ਨੇ ਕਰਮਚਾਰੀਆਂ ਨੇ ਵੇਚ ਦਿੱਤੇ ਆ ਲਾਲਚ ਵਸ ਹੋ ਕੇ ਪਰ ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਹਿਣ ਲੱਗੇ ਸੀ ਕਿ ਨਹੀਂ ਇੰਜ ਵੀ ਨਹੀਂ ਹੋਇਆ ਇਹ ਤਾਂ ਸੰਗਤ ਕੋਲ ਹੀ ਹੈ ਕੁਝ ਵੀ ਹੋਵੇ ਪਾਵਨ ਸਰੂਪ ਗੁੰਮ ਵੀ ਹੋਏ ਪਾਵਨ ਸਰੂਪਾਂ ਦੀ ਜਾਂਚ ਵੀ ਹੋਈ ਤੇ ਇਹਨਾਂ ਸਰੂਪਾਂ ਸੰਬੰਧੀ ਇੱਕ ਜਾਂਚ ਕਮਿਸ਼ਨ ਬਣਾਇਆ ਗਿਆ ਸੀ ਉਸ ਦੀ ਰਿਪੋਰਟ ਜਨਤਕ ਕਰਨ ਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾਂ ਨੇ ਆਖਿਆ ਸੀ ਕਿ ਆਹ ਦਿੱਤਾ ਤੁਹਾਨੂੰ ਆਲਟੀਮੇਟਮ ਰਿਪੋਰਟ ਜਨਤਕ ਕਰ ਦਿਓ ਹੁਣ ਜਾਂਚ ਕਮਿਸ਼ਨ ਦੀ ਮੁਕੰਮਲ ਰਿਪੋਰਟ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ਤੇ ਚੰਕਤ ਕਰ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਵਿੰਦ ਸਿੰਘ ਲੋਂਗੋਵਾਲ ਨੇ ਇਹ ਜਾਂਚ ਰਿਪੋਰਟ ਜਾਰੀ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖਸਾਲ ਵੱਲੋਂ ਬਣਾਏ ਗਏ ਜਾਂਚ ਕਮਿਸ਼ਨ ਦੀ ਇਹ ਮੁਕੰਮਲ ਰਿਪੋਰਟ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ਤੇ ਹਰ ਇੱਕ ਵਿਅਕਤੀ ਵਾਸਤੇ ਉਪਲਬਧ ਹੋਵੇਗੀ। ਉਨ੍ਹਾਂ ਕਿਹਾ ਕਿ ਰਿਪੋਰਟ ਅਨੁਸਾਰ ਜਿਨ੍ਹਾਂ ਮੁਲਾਜ਼ਮਾਂ ਨੂੰ ਦੋਸ਼ੀ ਪਾਇਆ ਗਿਆ ਸੀ ਉਨ੍ਹਾਂ ਉੱਤੇ ਕਾਰਵਾਈ ਕੀਤੀ ਜਾ ਚੁੱਕੀ ਹੈ। ਪਰ ਹਰਾਨੀ ਦੀ ਹੱਦ ਹੈ ਤੁਹਾਨੂੰ ਵੀ ਲੌਂਗੋਵਾਲ ਸਾਹਿਬ ਯਾਦ ਹੋਣਾ ਹੈ ਆ ਸਾਡੇ ਦਰਸ਼ਕਾਂ ਨੂੰ ਵੀ ਯਾਦ ਹੋਣਾ ਹੈ ਜਿਸ ਦਿਨ ਤੁਸੀਂ ਰਿਪੋਰਟ ਜਨਤਕ ਕੀਤੀ ਸੀ ਕੁਝ ਵਿਅਕਤੀਆਂ ਦੇ ਉੱਤੇ ਕਾਰਵਾਈ ਕੀਤੀ ਸੀ ਨਾਲ ਤੁਸੀਂ ਇਹ ਕਿਹਾ ਸੀ ਕਿ ਉਹਨਾਂ ਦੇ ਉੱਤੇ ਮੁਕੱਦਮੇ ਦਰਜ ਕੀਤੇ ਜਾਣਗੇ ਪਰ ਬਾਅਦ ਵਿੱਚ ਤੁਸੀਂ ਅੱਡੀ ਉੱਤੇ ਹੀ ਘੁੰਮੇ ਤੁਸੀਂ ਤਾਂ ਯੂ ਟਰਨ ਮਾਰ ਦਿੱਤੀ ਤੁਸੀਂ ਆਖਿਆ ਕਿ ਨਹੀਂ ਮੁਕੱਦਮਾ ਕੋਈ ਦਰਜ ਨਹੀਂ ਹੋਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਣੀ ਮਰਿਆਦਾ ਹੈ ਉਹਦੇ ਹਿਸਾਬ ਨਾਲ ਅਸੀਂ ਕਾਰਵਾਈ ਕਰਾਂਗੇ ਹੁਣ ਉਹ ਕਹਿੰਦੇ ਜਾਂਚ ਰਿਪੋਰਟ ਦਾ ਸੰਖੇਪ ਵੇਰਵਾ ਤਾਂ ਪਹਿਲਾਂ ਹੀ ਜਨਤਕ ਕਰ ਦਿੱਤਾ ਸੀ ਤੇ ਹੁਣ ਸਮੁੱਚੀ ਜਾਂਚ ਰਿਪੋਰਟ ਵੈੱਬਸਾਈਟ ਤੇ ਪਾਈ ਜਾ ਰਹੀ ਹੈ। ਹੁਣ ਵੇਖਦੇ ਆ ਕਿ ਇਸ ਰਿਪੋਰਟ ਦੇ ਵਿੱਚ ਕੀ ਕੁਝ ਹੈ ਕਿਉਂਕਿ ਕਾਫੀ ਵੱਡੀ ਰਿਪੋਰਟ ਹੈ ਪੜਾਂਗੇ ਤੇ ਫਿਰ ਵਿਸਥਾਰ ਨਾਲ ਤੁਹਾਡੇ ਨਾਲ ਉਸ ਦੀ ਜਾਣਕਾਰੀ ਵੀ ਸਾਂਝੀ ਕਰਾਂਗੇ। ਅਗਲੀ ਖਬਰ ਨਵਜੋਤ ਸਿੰਘ ਸਿੱਧੂ ਦੇ ਨਾਲ ਸੰਬੰਧਿਤ ਹੈ। ਲਗਭਗ 14-15 ਮਹੀਨੇ ਸਭ ਤੋਂ ਵੱਧ ਬੋਲਣ ਵਾਲਾ ਇਹ ਲੀਡਰ ਸਾਇਲੈਂਟ ਮੋਡ ਤੇ ਹੀ ਰਿਹਾ। ਪਰ ਹੁਣ ਰਾਹੁਲ ਗਾਂਧੀ ਦੀ ਰੈਲੀ ਦੇ ਵਿੱਚ ਬੋਲਿਆ ਤੇ ਫਿਰ ਇੱਕ ਵਾਰੀ ਨਵਜੋਤ ਸਿੰਘ ਸਿੱਧੂ ਚਰਚਾ ਚ ਆਇਆ ਹੁਣ ਨਵਜੋਤ ਸਿੰਘ ਸਿੱਧੂ 2022 ਦੇ ਵਿੱਚ ਕਿਹੜੇ ਪਾਸੇੋਂ ਚੋਣ ਲੜੂ ਇਹਨੂੰ ਲੈ ਕੇ ਭਾਜਪਾ ਵਾਲਿਆਂ ਨੇ ਇੱਕ ਬਿਆਨ ਲਾ ਗਿਆ ਅਕਾਲੀ ਭਾਜਪਾ ਗੱਠ ਜੋ ਟੁੱਟਣ ਤੋਂ ਬਾਅਦ ਸਾਰੀਆਂ ਸਿਆਸੀ ਤਰ੍ਹਾਂ ਦੀਆਂ ਨਾਜ਼ਰਾਂ ਇਸ ਵਕਤ ਨਵਜੋਤ ਸਿੰਘ ਸਿੱਧੂ ਤੇ ਟਿਕੀਆਂ ਹੋਈਆਂ ਨੇ ਉਹ ਕਿਹੜੀ ਪਾਰਟੀ 'ਚ ਜਾਣਗੇ ਜਾਂ ਕਿਹੜੀ ਪਾਰਟੀ ਨੂੰ ਆਪਣਾ ਸਮਰਥਨ ਦੇਣਗੇ ਇਹ ਗੱਲ ਇਸ ਵਕਤ ਬਹੁਤ ਅਹਿਮ ਹੈ ਕਿਉਂਕਿ ਹਰ ਇੱਕ ਸਿਆਸੀ ਤੇ ਇਸ ਵਕਤ ਇਸ ਗੱਲ ਦੇ ਦਾਅਵੇ ਕਰ ਰਹੀ ਹੈ ਅਪੀਲਾਂ ਵੀ ਕਰ ਰਹੀ ਹੈ ਕਿ ਆ ਭਾਈ ਨਵਜੋਤ ਸਿੰਘ ਸਿੱਧੂ ਸਿਆ ਤੂੰ ਅੱਗੇ ਲੱਗ ਅਸੀਂ ਤੇਰੇ ਨਾਲ ਆ ਤੁਹਾਨੂੰ ਯਾਦ ਹੋਣਾ ਕਿ ਬੀਤੇ ਦਿਨੀ ਸੰਗਰੂਰ ਦੇ ਨੇੜੇ ਇੱਕ ਪਿੰਡ ਵਿੱਚ ਗਏ ਸੀ ਨਵਜੋਤ ਸਿੰਘ ਸਿੱਧੂ ਨੇ ਇੱਕ ਕਿਸਾਨ ਜਥੇਬੰਦੀ ਨੂੰ ਆਖ ਕੇ ਤੁਸੀਂ ਤੇ ਭਾਈ ਅੱਗੇ ਪਤਾ ਹੀ ਨਹੀਂ ਤੁਹਾਨੂੰ ਤੁਹਾਡੀ ਤਾਕਤ ਕਿੰਨੀ ਹੈ ਉਹ ਕਹਿੰਦੇ ਤੁਸੀਂ ਤਾਂ 14 15 17 ਐਮਐਲਏ ਆਪਣੇ ਚੁਣ ਕੇ ਭੇਜ ਸਕਦੇ ਹੋ ਮੈਂ ਤੁਹਾਡੇ ਨਾਲ ਆ ਇਹ ਆਪਣੇ ਆਪ ਦੇ ਵਿੱਚ ਇੱਕ ਵਲੱਖਣ ਸੰਕੇਤ ਹੈ ਇਸੇ ਦਰਮਿਆਨ ਜਦੋਂ ਆ ਸਾਰੀਆਂ ਕਿਆਸਰਈਆਂ ਚੱਲ ਰਹੀਆਂ ਨੇ ਭਾਜਪਾ ਦੇ ਸੀਨੀਅਰ ਆਗੂ ਨੇ ਤੇ ਪੰਜਾਬ ਦੇ ਸਾਬਕਾ ਮੰਤਰੀ ਵੀ ਹੈ ਮਾਸਟਰ ਮੋਹਨ لال ਉਹਨਾਂ ਨੇ ਇੱਕ ਵੱਡਾ ਹੀ ਬਿਆਨ ਦੇ ਦਿੱਤਾ ਉਹ ਕਹਿੰਦੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਨਵਜੋਤ ਸਿੰਘ ਸਿੱਧੂ ਭਾਜਪਾ ਵੱਲੋਂ ਲੜੂ ਅਸਲ ਦੇ ਵਿੱਚ ਮਾਸਟਰ ਮੋਹਨ ਸਿੰਘ ਕਹਿੰਦੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਰਾਹੁਲ ਗਾਂਧੀ ਦੀ ਰੈਲੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਗਿਆ ਪਰ ਕੈਪਟਨ ਅਮਰਿੰਦਰ ਸਿੰਘ ਵੀ ਉੱਥੇ ਸੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਉੱਥੇ ਸੀ ਸੁਖਜਿੰਦਰ ਸਿੰਘ ਰੰਧਾਵਾ ਦੇ ਵਿਚਕਾਰ ਜਿਹੜੀ ਤਕਰਾਰ ਹੋਈ ਉਹਦੇ ਬਾਬਤ ਮਾਸਟਰ ਮੋਹਨ ਲਾਲੂ ਸਵਾਲ ਕੀਤਾ ਗਿਆ ਸੀ ਉਹ ਕਹਿੰਦੇ ਤੁਹਾਨੂੰ ਸਿੱਧੀ ਗੱਲ ਦੱਸ ਦਿਆਂ ਸਿੱਧੂ ਦਾ ਭਵਿੱਖ ਸਿਰਫ ਤੇ ਸਿਰਫ ਭਾਜਪਾ ਦਾ ਹੈ ਉਹ ਕਹਿੰਦੇ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਤੌਰ ਤੇ ਜਨਮ ਵੀ ਭਾਰਤੀ ਜਨਤਾ ਪਾਰਟੀ 'ਚ ਹੋਇਆ ਅਤੇ ਮੈਂ ਵਿਸ਼ਵਾਸ ਨਾਲ ਆਖ ਸਕਦਾ ਹਾਂ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਭਾਜਪਾ ਦੇ ਨਾਲ ਲੜੂਗਾ ਉਹ ਕਹਿੰਦੇ ਭਾਜਪਾ ਨਵਜੋਤ ਸਿੰਘ ਸਿੱਧੂ ਇਕਮਿਕ ਹੋਣਗੇ ਅਤੇ ਉਹ ਕਹਿੰਦੇ ਭਾਵੇਂ ਕਾਂਗਰਸ ਤੇ ਮੰਚ ਤੇ ਬੈਠੇ ਤਾਂ ਜ਼ਰੂਰ ਸੀ ਪਰ ਉਹ ਕਿੰਨਾ ਹਾਲਾਤਾਂ ਦੇ ਵਿੱਚ ਬੈਠੇ ਸੀ ਇਹ ਗੱਲ ਦੇਖਣ ਵਾਲੀ ਸੀ ਉਹ ਕਹਿੰਦੇ ਹਰੀਸ਼ ਰਾਵਤ ਤਿੰਨ ਦਿਨ ਲਗਾਤਾਰ ਨਵਜੋਤ ਸਿੰਘ ਸਿੱਧੂ ਦੇ ਘਰ ਜਾਂਦੇ ਰਹੇ ਤਾਂ ਕਿਤੇ ਜਾ ਕੇ ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਦੀ ਰੈਲੀ ਦੇ ਵਿੱਚ ਆਉਣਾ ਮੰਨਿਆ ਤੁਹਾਨੂੰ ਯਾਦ ਹੋਣਾ ਹੈ ਕਿ ਨਵਜੋਤ ਸਿੰਘ ਸਿੱਧੂ ਲੋਕਲ ਬਾਡੀਜ਼ ਵਾਲਾ ਜਿਹੜਾ ਉਹ ਤੋਂ ਮੈ ਕਮਾ ਲਿਆ ਗਿਆ ਸੀ ਉਹ ਛੱਡਣਾ ਨਹੀਂ ਸੀ ਚਾਹੁੰਦੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਵਿਜਲੀ ਵਿਭਾਗ ਦੇਣਾ ਚਾਹੁੰਦੇ ਸੀ ਕਹਿੰਦੇ ਹੁਣ ਨਵਜੋਤ ਸਿੰਘ ਸਿੱਧੂ ਜਿਹੜੀਆਂ ਦੋ ਚੀਜ਼ਾਂ ਦੀ ਮੰਗ ਕਰ ਰਿਹਾ ਉਹ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਨੂੰ ਪਾਉਂਦੀਆਂ ਨਹੀਂ ਨਵਜੋਤ ਸਿੰਘ ਸਿੱਧੂ ਚਾਹੁੰਦਿਆ ਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਮਿਲੇ ਪਰਾਣਾ ਉਹਨਾਂ ਨੂੰ ਪੋਰਟਫੋਲੀਓ ਮਿਲੇ ਸ਼ਾਇਦ ਇਹ ਗੱਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਗਵਾਰਾ ਨਹੀਂ ਖਾ ਰੌਹਲ ਕਾਂਦੀ ਤਿੰਨ ਦਿਨਾਂ ਦੇ ਵਾਸਤੇ ਪੰਜਾਬ ਦੇ ਵਿੱਚ ਨੇ ਟਰੈਕਟਰ ਰੈਲੀ ਕਰ ਰਹੇ ਆ ਪਰ ਹੁਣ ਇਹ ਟਰੈਕਟਰ ਰੈਲੀ ਨੇ ਟਰੋਲ ਬਹੁਤ ਬਣਵਾ ਦਿੱਤੇ ਨਵਜੋਤ ਸਿੰਘ ਸਿੱਧੂ ਵੀ ਭਾਵੇਂ ਪਹੁੰਚੇ ਉਹ ਨਵਜੋਤ ਸਿੰਘ ਸਿੱਧੂ ਤਾਂ ਚਰਚਾ ਵਿੱਚ ਨੇ ਕਿ ਖੁੱਲ ਕੇ ਬੋਲੇ ਨੇ ਰੌਹਲ ਕਾਂਦੀ ਟਰੈਕਟਰ ਨੂੰ ਲੈ ਕੇ ਚਰਚਾ ਚ ਆ ਗਈ ਹੁਣ ਇਹ ਤਿੰਨ ਦਿਨਾਂ ਦੀ ਯਾਤਰਾ ਤੇ ਨੇ ਖੇਤੀ ਬਚਾਓ ਯਾਤਰਾ ਸ਼ੁਰੂਆਤ ਕੀਤੀ ਮੋਗਾ ਦੇ ਬੱਧਣੀ ਕਲਾਂ ਤੋਂ ਖੇਤੀ ਕਾਨੂੰਨਾਂ ਦੇ ਖਿਲਾਫ ਲੜਾਈ ਲੜਨ ਵਾਲੇ ਰਾਹੁਲ ਗਾਂਧੀ ਕਹਿੰਦੇ ਆਪਾਂ ਅਬਾਨੀਆਂ ਅੰਡਾਨੀਆਂ ਵੱਡੇ ਵੱਡੇ ਕਾਰਪੋਰੇਟਾਂ ਦੀ ਚੁੰਗਲ ਦੇ ਵਿੱਚੋਂ ਕਿਸਾਨੀ ਬਚਾਉਣੀ ਆਪਾਂ ਪਰਣ ਕਰਦੇ ਆਂ ਕਿ ਤੁਹਾਨੂੰ ਲੱਗਦਾ ਕਿ ਸੱਚੀ ਮੱਚੀ ਰਾਹੁਲ ਗਾਂਧੀ ਕਿਸਾਨੀ ਬਚਾਉਣਾ ਆ ਜਾਂ ਪੰਜਾਬ ਦੀ ਅਗਲੀ 2022 ਦੀ ਸਰਕਾਰ ਬਚਾਉਣਾ ਆ ਜਾਂ ਫਿਰ ਅਗਲੀਆਂ ਲੋਕ ਸਭਾ ਚੋਣਾਂ ਦੇ ਵਾਸਤੇ ਆਪਣੀਆਂ ਵੋਟਾਂ ਇਕੱਠੀਆਂ ਕਰਨਾ ਆ ਕਿਉਂਕਿ ਜੇਕਰ ਕਿਸਾਨਾਂ ਦੀ ਮਦਈ ਨਹੀਂ ਤਾਂ ਕਿਸਾਨ ਤਾਂ ਬਹੁਤ ਸਾਰੇ ਥਾਵਾਂ ਤੇ ਧਰਨੇ ਰੋਸ ਰੈਲੀਆਂ ਕਰ ਰਹੇ ਉੱਥੇ ਜਾ ਕੇ ਕਿਉਂ ਨਹੀਂ ਬੈਠੇ ਬਈ ਆਪਣੀ ਵੱਖਰੀ ਪੀਪਣੀ ਵਜਾਉਣ ਦੀ ਕਿਹੜੀ ਲੋੜ ਪੈ ਗਈ ਇਹਨਾਂ ਨੂੰ ਤੇ ਅਕਾਲੀਆਂ ਨੂੰ ਵੀ ਖੈਰ ਹੁਣ ਜਦੋਂ ਰੋਹਲ ਗਾਂਧੀ ਟਰੈਕਟਰ ਤੇ ਬੈਠੇ ਜਿਹੜੇ ਟਰੈਕਟਰ ਦੀ ਵਰਤੋਂ ਕੀਤੀ ਗਈ ਰੋਹਲ ਗਾਂਧੀ ਦੇ ਬੈਠਣ ਵਾਸਤੇ ਸੋਫੇ ਲਾਏ ਗਏ ਇਹ ਸੋਫਿਆਂ ਨੂੰ ਲੈ ਕੇ ਰੋਹਲ ਗਾਂਧੀ ਚਰਚਾ ਚ ਆ ਗਿਆ ਟਵਿੱਟਰ ਦੇ ਉੱਤੇ ਟਰੋਲ ਸ਼ੁਰੂ ਹੋ ਗਿਆ ਹੁਣ ਜਿਹੜੇ ਟਰੈਕਟਰ ਦੇ ਉੱਤੇ ਰੋਹਲ ਗਾਂਧੀ ਬੈਠੇ ਸੀ ਉਹਨਾਂ ਨੂੰ ਚਲਾ ਰਹੇ ਸੀ ਪੰਜਾਬ ਦੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸੱਜੇ ਪਾਸੇ ਟਰੈਕਟਰ ਦੇ ਸੋਫੇ ਦੇ ਉੱਤੇ ਰਾਹੁਲ ਗਾਂਧੀ ਅਤੇ ਖੱਬੇ ਸੋਫੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਬੈਠੇ ਸੀ ਹੁਣ ਕਈ ਲੋਕਾਂ ਨੇ ਇਹ ਟਰੈਕਟਰ ਦੀਆਂ ਫੋਟੋਆਂ ਟਵਿੱਟਰ ਤੇ ਪਾਈਆਂ ਨੇ ਤੇ ਟਵਿੱਟਰ ਤੇ ਪਾਉਂਦਿਆਂ ਉਹਨਾਂ ਨੇ ਇਹ ਲਿਖਿਆ ਕਿ ਸਾਨੂੰ ਤੇ ਅੱਜ ਪਤਾ ਲੱਗਿਆ ਕਿ ਭਾਈ ਇਹ ਸੱਚੀ ਮੱਚੀ ਸਮੱਸਿਆਵਾਂ 'ਵਾਂ ਸੋਫੇ ਤੇ ਬੈਠ ਕੇ ਹੱਲ ਕਰਨਾ ਆ ਇੱਕ ਵਿਅਕਤੀ ਜਸਪ੍ਰੀਤ ਸਿੰਘ ਮਾਨ ਨੇ ਟਰੈਕਟਰ ਦੀ ਫੋਟੋ ਪਾਉਂਦਿਆਂ ਲਿਖਿਆ ਕਿ ਆ ਅੱਜ ਪਤਾ ਲੱਗਿਆ ਭਾਈ ਕੀ ਹਿੰਦੁਸਤਾਨ ਨਾਂ ਦੀ ਟਰੈਕਟਰ ਬਣਾਉਣ ਵਾਲੀ ਕੰਪਨੀ ਹੁਣ ਸੋਫੇ ਸੋਫੇ ਵੀ ਟਰੈਕਟਰਾਂ ਦੇ ਉੱਤੇ ਲਾਉਣ ਲੱਗ ਪਈ ਉਹ ਕਹਿੰਦੇ ਮੈਨੂੰ ਇਹ ਡਰਾਮਾ ਲੱਗਦਾ ਤੇ ਹੋਰ ਕੁਝ ਨਹੀਂ ਇੱਕ ਵਿਅਕਤੀ ਹੋਰ ਨੇ ਉਹਨਾਂ ਨੇ ਲਿਖਿਆ ਹਰਕੀਰਤ ਸਿੰਘ ਸੰਧੂ ਉਹ ਕਹਿੰਦੇ ਜਿਹੜਾ ਟਰੈਕਟਰ ਕਾਂਗਰਸ ਨੇ ਦਿੱਲੀ ਵਿੱਚ ਸਾੜਿਆ ਸੀ ਕਿ ਉਹਦੇ ਤੇ ਹੀ ਸੋਫਾ ਲਵਾ ਕੇ ਲਿਆਈ ਨਹੀਂ ਉਹਨਾਂ ਕਹਿੰਦੇ ਪੱਪੂ ਨੇ ਪੋਜ਼ ਅਮਤਾਬ ਵਚਨ ਵਾਲਾ ਮਾਰਿਆ ਹੁਣ ਟਵਿੱਟਰ ਤੇ ਟ੍ਰੈਂਡ ਡਰਾਮੇਵਾਜ਼ ਪੱਪੂ ਨਜ਼ਰ ਆ ਰਿਹਾ ਹੈ ਬਹੁਤ ਸਾਰੀਆਂ ਤਸਵੀਰਾਂ ਵਾਇਰਲ ਹੋਈਆਂ ਨੇ ਟਵਿੱਟਰ ਤੇ ਲੋਕਾਂ ਨੇ راہਲ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਤੇ ਇੱਕ ਹੋਰ ਵਿਅਕਤੀ ਹਰਪ੍ਰੀਤ ਸਿੰਘ ਨੇ ਲਿਖਿਆ ਕਿ ਹੁਣ ਕਾਂਗਰਸ ਸਮਾਰਟਫੋਨ ਤੋਂ ਬਾਅਦ ਸ਼ਾਇਦ ਸੋਫਿਆਂ ਵਾਲੇ ਟਰੈਕਟਰ ਵੰਡਣ ਦੀ ਤਿਆਰੀ ਵਿੱਚ ਹੈ ਇੱਕ ਨੇ ਲਿਖਿਆ ਇਸ ਕਰੰਟ ਦੇ ਵਿੱਚ ਡਰਾਮੇबाज पप्पू ਹਨ ਪੰਜਾਬ #ਅਧੀਨ راہਲ ਗਾਂਧੀ ਆਲੂ ਤੋਂ ਸੋਨਾ ਬਣਾਉਣ ਵਾਲੇ ਬਿਆਨਾਂ ਨੂੰ ਲੈ ਕੇ ਵੀ ਲੋਕ ਚੁਟਕੀਆਂ ਲੈ ਰਹੇ ਨੇ ਤੇ ਇੱਕ ਗੱਲ ਹੋਰ ਵੀ ਲਿਖੀ ਗਈ ਹੈ ਉਹ ਕਹਿੰਦੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਐਫਸੀ ਆਈ ਅਤੇ ਅਡਾਨੀਆਂ ਵਿਚਕਾਰ ਭਲਾ ਕੋਈ ਸਮਝੌਤਾ ਨਹੀਂ ਸੀ ਹੋਇਆ 2017 ਵਿਧਾਨ ਸਭਾ ਚੋਣਾਂ ਦੇ ਵੇਲੇ ਅਜਿਹੇ ਕਾਨੂੰਨ ਪਾਸ ਕਰਨ ਦਾ ਵਾਅਦਾ ਨਹੀਂ ਸੀ ਕੀਤਾ ਗਿਆ ਫਿਰ ਕੀ ਇਹ ਕਾਂਗਰਸੀ ਡਰਾਮੇ ਨਹੀਂ ਕਰ ਰਹੇ ਇੱਕ ਵਿਅਕਤੀ ਨੇ ਤਾਂ ਹੋਰ ਵੀ ਲਿਖਿਆ ਕਹਿੰਦੇ ਸ਼ਰਧ ਯਾਦ ਹੀ ਹੋਣਾ ਹੈ ਪੰਜਾਬ ਦੇ 70% ਨੌਜਵਾਨਾਂ ਨੂੰ ਰਾਹੁਲ ਗਾਂਧੀ ਨਸ਼ੇੜੀ ਕਹਿੰਦਾ ਸੀ ਕਿ ਸੱਚਮੁੱਚ ਉਹਨਾਂ ਨਸ਼ੇੜੀਆਂ ਨੂੰ ਹੁਣ ਆਪਣੇ ਨਾਲ ਤੋਰਨਾ ਆਇਆ ਭਾਵੇਂ ਕੁਝ ਵੀ ਹੋਵੇ ਇੱਕ ਤੇ ਗੱਲ ਚੰਗੀ ਹੈ ਕਿ ਇਸ ਚੀਜ਼ ਦਾ ਵਿਰੋਧ ਭਾਵੇਂ ਉਹ ਕਾਂਗਰਸੀ ਕਰ ਰਹੇ ਨੇ ਭਾਵੇਂ ਅਕਾਲੀ ਕਰ ਰਹੇ ਨੇ ਕਰਨਾ ਬਣਦਾ ਹੈ ਪਰ ਦੂਸਰੇ ਪਾਸੇ ਆਹ ਗੱਲ ਚੰਗੀ ਨਹੀਂ ਕਿ ਵੱਖਰੇ ਵੱਖਰੇ ਰਾਗ ਅਲਾਪੇ ਜਾਣ ਕਿਸਾਨ ਯੂਨੀਅਨ ਭਾਵੇਂ ਹਰਿਆਣੇ ਵਿੱਚ ਹੈ ਭਾਵੇਂ ਕਿਸੇ ਸੂਬੇ ਵਿੱਚ ਹੋਰ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਆ ਕੇ ਸਮਰਥਨ ਦਿਓ ਆ ਵੱਖਰੀਆਂ ਪੀਪਣੀਆਂ ਵੱਖਰੇ ਰਾਗ ਅਲਾਪਣੇ ਬੰਦ ਕਰੋ ਲੋਕ ਸਿਆਣੇ ਹੋ ਚੁੱਕੇ ਨੇ ਕਿਸਾਨ ਜਾਗ ਉੱਠਿਆ ਕੰਮਾਂ ਜਾਗ ਉੱਠਿਆ ਤੇ ਅਗਲੀ ਖਬਰ ਪਰ ਉਹਦੇ ਤੋਂ ਪਹਿਲਾਂ ਸੱਚ ਆ ਤਾਂ ਗੱਲ ਕਰ ਲਈਏ ਤੀਰਫਾੜ ਕੈਪਟਨ ਅਮਰਿੰਦਰ ਸਿੰਘ ਵੀ ਇੱਕ ਰੈਲੀ 'ਚ ਬੋਲੇ ਉਹ ਕਹਿੰਦੇ ਦੇਖੋ ਵੀ ਜੇਕਰ ਮੈਨੂੰ ਪੰਜਾਬ ਵਿਧਾਨ ਸਭਾ ਦਾ ਸ਼ਾਸਨ ਬੁਲਾਉਣਾ ਪੈ ਗਿਆ ਮੈਂ ਉਹ ਬੁਲਾਉਂ ਜੇ ਮੈਨੂੰ ਸੁਪਰੀਮ ਕੋਰਟ ਜਾਣਾ ਪੈ ਗਿਆ ਮੈਂ ਉੱਥੇ ਜਾਵਾਂ ਕਪਟਨ ਅਮਰਿੰਦਰ ਸਿੰਘ ਜੀ ਸ਼ਾਇਦ ਭੁੱਲ ਗਏ ਆ ਪਿਛਲੇ ਹਫਤੇ ਕਿਸਾਨਾਂ ਦੇ ਨਾਲ ਤੁਸੀਂ ਚੰਡੀਗੜ੍ਹ 'ਚ ਇੱਕ ਮੀਟਿੰਗ ਕੀਤੀ ਸੀ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਤੁਹਾਡੇ ਨਾਲ ਬੈਠੀਆਂ ਸੀ ਤੁਸੀਂ ਤਾਂ ਉੱਥੇ ਕਿਹਾ ਸੀ ਕਿ ਇੱਕ ਹਫਤੇ ਦੇ ਅੰਦਰ ਅੰਦਰ ਮੈਂ اجلاس ਬੁਲਾ ਲੈਣਾ ਹ ਹੁਣ ਰੈਲੀ ਵਿੱਚ ਤੁਸੀਂ ਫੇਰ ਉਹੀ ਗੱਲ ਜੇ ਬੁਲਾਉਣਾ ਪੈ ਗਿਆ ਤੁਸੀਂ ਵਾਅਦਾ ਕਰ ਚੁੱਕੇ ਹੋ ਖਰ ਵਾਅਦੇ ਤੱਕ ਆਪਣਾ ਅਮਰਿੰਦਰ ਸਿੰਘ ਨੇ ਹੋਰ ਵੀ ਬਹੁਤ ਕੀਤੇ ਸੀ ਵਾਅਦੇ ਉਹਨਾਂ ਨੂੰ ਕਰਨੇ ਆਉਂਦੇ ਆ ਪਰ ਵਫਾ ਕਿੰਨੇ ਕਰਦੇ ਆ ਇਹ ਗੱਲ ਬਾਤ ਹੀ ਹੈ ਪਰ ਹੁਣ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ ਹੈ ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਜਿੱਥੇ ਕਈ ਵਿਰੋਧੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਸੜਕਾਂ ਤੇ ਨੇ ਵੱਡੇ ਪੱਧਰ ਤੇ ਰੋਸ ਮਜਾਰੇ ਕਰ ਰਹੀਆਂ ਨੇ ਰੇਲਾਂ ਰੋਕ ਰਹੀਆਂ ਨੇ ਉੱਥੇ ਕਿਸਾਨਾਂ ਦੇ ਹੱਕਾਂ ਤੇ ਇਨਸਾਫ਼ ਪ੍ਰਾਪਤੀ ਦੇ ਵਾਸਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਸੁਪਰੀਮ ਕੋਰਟ ਤੱਕ ਪਹੁੰਚ ਕਰ ਲਈ ਹੈ ਪੰਜਾਬ ਤੇ ਹਰਿਆਣਾ ਦੇ ਹਾਈ ਕੋਰਟ ਦੇ ਵਕੀਲ ਨੇ ਘੁੰਮਣ ਬ੍ਰਦਰ ਜੀਪੀਐਸ ਘੁੰਮਣ ਤੇ ਜੀਐਸ ਕੋਮਣ ਇਹਨਾਂ ਦੋਵਾਂ ਦੇ ਰਾਹੀਂ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਪ੍ਰੋਟੈਸਟ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ ਹੁਣ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਮੁੱਢੋਂ ਰੱਦ ਕਰਨ ਵਾਸਤੇ ਇਸ ਪਟੀਸ਼ਨ ਦੇ ਰਾਹੀਂ ਗੁਹਾਰ ਲਾਈ ਗਈ ਹੈ ਇਸ ਗੱਲ ਦੀ ਪੁਸ਼ਟੀ ਜਿੱਥੇ ਭਾਰਤੀ ਕਿਸਾਨ ਯੂਨੀਅਨ ਦੇ ਲੱਖੋਵਾਲ ਪ੍ਰਧਾਨ ਨੇ ਕੀਤੀ ਹੈ ਉਥੇ ਇਹਨਾਂ ਵਕੀਲਾਂ ਨੇ ਘੁੰਮਣ ਭਰਾਵਾਂ ਨੇ ਵੀ ਕਰ ਦਿੱਤੀ ਹੈ ਉਹ ਕਹਿੰਦੇ ਸਾਨੂੰ ਉਮੀਦ ਹੈ ਕਿ ਇਸ ਪਟੀਸ਼ਨ ਦੇ ਉੱਤੇ ਜਲਦੀ ਸੁਣਵਾਈ ਹੋਏਗੀ ਜਿੱਥੇ ਕਿਸਾਨ ਯੂਨੀਅਨ ਇਸ ਵਕਤ ਸੁਪਰੀਮ ਕੋਰਟ ਤੱਕ ਦਾ ਰੁੱਖ ਅਖਤਿਆਰ ਕਰ ਚੁੱਕੀ ਹੈ ਦਰਵਾਜ਼ਾ ਖੜਕਾ ਚੁੱਕੀ ਹੈ ਉਥੇ ਮੋਗਾ ਦੇ ਵਿੱਚੋਂ ਖਬਰਾਂ ਮਿਲ ਰਹੀਆਂ ਨੇ ਕਿ ਮੋਗਾ ਦੇ ਵਿੱਚ ਜਿਹੜੇ ਕਿਸਾਨ ਯੂਨੀਅਨ ਇਸ ਵਕਤ ਰੇਲਵੇ ਲਾਈਨਾਂ ਤੇ ਬੈਠੀ ਸੀ ਉਹਨਾਂ ਨੇ ਇੱਕ ਨਵਾਂ ਤਰੀਕਾ ਵਿਲੱਭ ਲਿਆ ਉਹ ਕਹਿੰਦੇ ਪਹਿਲਾਂ ਸਾਨੂੰ ਕੀ ਹੁੰਦਾ ਸੀ ਕਿ ਆਪਣੇ ਡੰਗਰਾਂ ਨੂੰ ਆਪਣੇ ਮਾਲ ਨੂੰ ਆਪਣੇ ਪਸ਼ੂਆਂ ਨੂੰ ਪੱਠੇ ਪਾਉਣ ਦੇ ਵਾਸਤੇ ਰੋਜ਼ਾਨਾ ਘਰ ਜਾਣਾ ਪੈਂਦਾ ਸੀ ਹੁਣ ਉਹਨਾਂ ਨੇ ਆਪਣੇ ਡੰਗਰ ਵੱਛੇ ਮਾਲ ਸਾਰਾ ਨਾਲ ਲਿਆਂਦਾ ਰੇਲ ਲਾਈਨ ਦੇ ਅਨ ਗਾੜਾਂ ਦੇ ਨਾਲ ਬੰਨ੍ਹਨੇ ਸ਼ੁਰੂ ਕਰ ਦਿੱਤੇ ਆ ਉਹਨਾਂ ਨੇ ਬਾਕੀ ਕਿਸਾਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਜਿਨ੍ਹਾਂ ਜਿਨ੍ਹਾਂ ਦੇ ਹਲੇ ਵੀ ਮਾਲ ਡੰਗਰ ਘਰਾਂ ਵਿੱਚ ਨੇ ਉਹ ਲਿਆ ਕੇ ਆ ਰੇਲਵੇ ਲਾਈਨਾਂ ਨਾਲ ਬੰਨੋ ਤੇ ਅਗਲੀ ਅਪੀਲ ਉਹਨਾਂ ਨੇ ਇੱਕ ਹੋਰ ਕੀਤੀ ਹੈ ਉਹ ਕਹਿੰਦੇ ਜੇਕਰ ਤੁਹਾਨੂੰ ਕਿਸੇ ਕੰਮ ਕਾਰ ਵਾਸਤੇ ਕਿਤੇ ਜ਼ਰੂਰੀ ਥਾਂ ਜਾਣਾ ਪੈਂਦਾ ਉਹ ਕਹਿੰਦੇ ਇੱਥੋਂ ਹੀ ਆਓ ਤੇ ਇੱਥੋਂ ਹੀ ਜਾਓ ਤੇ ਵਾਪਸ ਇੱਥੇ ਹੀ ਫਿਰ ਵਾਪਸ ਆ ਜਾਓ ਤੇ ਉਹ ਕਹਿੰਦੇ ਜਿੱਥੇ ਸਾਡੇ ਕੋਲੋਂ ਜ਼ਮੀਨਾਂ ਹਥਿਆਈਆਂ ਜਾ ਰਹੀਆਂ ਨੇ ਜਿੱਥੇ ਮਨੁੱਖਤਾ ਦਾ ਘਾਣ ਹੋਵੇਗਾ ਉਹਦੇ ਨਾਲ ਨਾਲ ਉਹ ਕਹਿੰਦੇ ਮਾਲ ਪਸ਼ੂਆਂ ਵਾਸਤੇ ਵੀ ਆਉਣ ਵਾਲਾ ਸਮਾਂ ਭਿਆਨਕ ਹੋਵੇਗਾ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਸੰਘਰਸ਼ ਹੈ ਆਪਣੀ ਤੌਰ ਬਦਲੇਗਾ ਇਹਦੀ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਰੂਪਰੇਖਾ ਕੁਝ ਹੋਰ ਹੋ ਜਾਵੇ ਜਿਹੜੀਆਂ ਵੀ ਖਬਰਾਂ ਜਿਵੇਂ ਵੀ ਖਬਰਾਂ ਆਲੇ ਦੁਆਲੇੋਂ ਮਿਲਦੀਆਂ ਰਹੀਆਂ ਸੀ ਤੁਹਾਡੇ ਰੂਬਰੂ ਕਰਦੇ ਜਾਵਾਂਗੇ ਸਾਡਾ ਪ੍ਰੋਗਰਾਮ ਪੰਜਾਬ ਬੋਲਦਾ ਉਚੇਚੇ ਤੌਰ ਤੇ ਜਿੱਥੇ-ਜਿੱਥੇ ਵੀ ਕਿਸਾਨ ਜਥੇਬੰਦੀਆਂ ਬੈਠੀਆਂ ਨੇ ਉੱਥੇ-ਉੱਥੇ ਜਾ ਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਿਸਾਨ ਕੀ ਸੋਚਦੇ ਆ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਕਿਵੇਂ ਤੇਜ਼ ਕਰਨਾ ਚਾਹੁੰਦੇ ਆ ਉਹ ਪੰਜਾਬ ਦੀਆਂ ਤੇ ਭਾਰਤ ਦੀਆਂ ਸਿਆਸੀ ਪਾਰਟੀਆਂ ਦੇ ਖਿਲਾਫ ਨੇ ਜਾਂ ਉਹਨਾਂ ਦੇ ਬਾਬਤ ਕੀ ਸੋਚਦੀਆਂ ਨੇ ਉਹ ਸਾਰੀਆਂ ਜ਼ਮੀਨੀ ਰਿਪੋਰਟਸ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਰੋਜ਼ਾਨਾ ਕਰਦੇ ਆ ਸੋ ਇਹ ਸੀ ਦੋਸਤੋ ਸਾਡਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਿਆ ਆਪਣੀ ਕੀਮਤੀ ਰਾਏ ਕਮੈਂਟਸ ਦੇ ਰੂਪ ਵਿੱਚ ਸਾਡੇ ਤੱਕ ਜਰੂਰ ਪੁੱਜਦੀ ਕਰਿਓ ਤੇ ਨਾਲ ਹੀ ਜੇਕਰ ਹੁਣ ਇਹ ਵੀਡੀਓ ਚੰਗੀ ਲੱਗੀ ਖਬਰਾਂ ਦੀ ਜਾਣਕਾਰੀ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਕਰਨ ਤੋਂ ਗੁਰੇਜ਼ ਨਾ ਕਰਿਓ ਤੁਹਾਡੇ ਧੰਨਵਾਦੀ ਹੋਵਾਂਗੇ ਸੋ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜ਼ਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ サチューカーでは、ラブラッカー。